a South Asian Canadian channel. ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਅਮਰੀਕਾ ਦੌਰਾ ਲਗਾਤਾਰ ਚਰਚਾ ਵਿੱਚ ਬਣਿਆ ਹੋਇਆ, ਜਿੱਥੇ ਇੱਕ ਦਿਨ ਪਹਿਲਾਂ ਸਿੱਖ ਜਥੇਬੰਦੀਆਂ ਵੱਲੋਂ ਇੱਕ ਧਾਰਮਿਕ ਸਮਾਗਮ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ। ਉੱਥੇ ਹੀ ਰਾਤ ਨੂੰ ਮਨਜੀਤ ਸਿੰਘ ਜੀਕੇ ਅਤੇ ਉਹਨਾਂ ਦੇ ਭਰਾ ਅਤੇ ਭਾਬੀ ਨੂੰ ਨਿਊਯਾਰਕ ਦੀ ਸੜਕਾਂ ਉੱਤੇ ਇੱਕ ਵਾਰ ਫਿਰ ਕੁਝ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਤਸਵੀਰਾਂ ਵਿੱਚ ਸਾਫ਼ ਦਿਖ ਰਿਹਾ ਕਿ ਮਨਜੀਤ ਸਿੰਘ ਜੀਕੇ ਅਤੇ ਉਹਨਾਂ ਦੇ ਭਰਾ ਨੂੰ ਕਿਸ ਤਰ੍ਹਾਂ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ। ਜੋ ਲੋਕ ਉਹਨਾਂ ਨੂੰ ਅਮਰੀਕਾ ਤੋਂ ਵਾਪਸ ਜਾਣ ਨੂੰ ਕਹਿ ਰਹੇ ਨੇ, ਉਹਨਾਂ ਦੇ ਅਨੁਸਾਰ ਉਹਨਾਂ ਦੀ ਸਰਕਾਰ ਸਮੇਂ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ। ਉੱਥੇ ਹੀ ਮਨਜੀਤ ਸਿੰਘ ਜੀਕੇ ਅਤੇ ਉਹਨਾਂ ਦੇ ਭਰਾ ਤੇ ਭਰਜਾਈ ਨੇ ਵੀ ਇਹਨਾਂ ਲੋਕਾਂ ਦਾ ਪੂਰਾ ਮੁਕਾਬਲਾ ਕੀਤਾ। ਗਾਲਾ ਕੱਢ ਕੇ ਮੈਨੂੰ ਡਰਾਉਣ ਆਏ ਨੇ, ਤੁਸੀਂ ਸਾਰਾ ਕੁਝ ਕਰਕੇ ਵੇਖ ਲਿਆ, ਤੁਸੀਂ ਵੱਡੇ ਬਹਾਦਰੋ, ਤੁਹਾਡੇ ਸ਼ਹਿਰ ਚ ਆਇਆ ਨਾ, ਤੁਹਾਡੇ ਸ਼ਹਿਰ ਚ ਆਇਆ, ਫੜੋ ਮੈਨੂੰ ਹੱਥ ਲਾ, ਤੈਨੂੰ ਮੈਂ ਦੱਸਾਂ, ਤੂੰ ਮੈਨੂੰ ਕੱਲੇ ਨੂੰ ਘੇਰਦਾ, ਤੁਸੀਂ ਪੰਜ ਬੰਦੇ ਆਉਂਦੇ ਹੋ, ਤੁਹਾਨੂੰ ਮੈਂ ਦੱਸਾਂ ਮੈਂ ਕੌਣ। ਮੇਰਾ ਨਾਮ ਮਨਜੀਤ ਸਿੰਘ ਹੈ, ਮਨਜੀਤ ਸਿੰਘ ਜੀਕੇ ਨੇ ਆਪਣੇ ਨਾਲ ਅਮਰੀਕਾ ਵਿੱਚ ਹੋਏ ਹਮਲੇ ਉੱਤੇ ਬੋਲਦਿਆਂ ਕਿਹਾ ਕਿ ਕੁਝ ਸ਼ਰਾਰਤੀ ਵਿਅਕਤੀ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ ਅਤੇ ਉਹਨਾਂ ਉੱਪਰ ਹਮਲਾ ਕਰ ਰਹੇ ਨੇ, ਲੇਕਿਨ ਉਹ ਇਸ ਤਰ੍ਹਾਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ। ਉਹ ਸਿੱਖ ਕੌਮ ਦੇ ਲਈ ਹਮੇਸ਼ਾ ਤੋਂ ਹੀ ਕੰਮ ਕਰਦੇ ਆਏ ਨੇ ਅਤੇ ਕਰਦੇ ਰਹਿਣਗੇ। ਅੱਜ 7-8 ਬੰਦਿਆਂ ਨੇ ਮੇਰੇ 'ਤੇ ਹਮਲਾ ਕੀਤਾ, ਮੇਰੇ ਨਾਲ ਮੇਰਾ ਛੋਟਾ ਭਰਾ ਇੰਦਰਜੀਤ ਸਿੰਘ ਔਰ ਉਹਦੀ ਵਾਈਫ ਸੀਗੇ, ਉਹਨਾਂ ਨਾਲ ਬਦਸਲੂਕੀ ਕੀਤੀ, ਬਦਤਮੀਜ਼ੀ ਕੀਤੀ, ਮੇਰੇ ਨਾਲ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਮੂੰਹ ਤੋੜ ਕੇ ਉਹਨਾਂ ਨੂੰ ਜਵਾਬ ਦਿੱਤੇ ਨੇ। ਇਹ 7-8 ਬੰਦੇ ਗਿੱਦੜ ਭੱਬਕੀਆਂ ਦੇਣ ਵਾਸਤੇ ਮੈਨੂੰ ਆਏ, ਮੈਂ ਇਹਨਾਂ ਗਿੱਦੜ ਭੱਬਕੀਆਂ ਤੋਂ ਡਰਦਾ ਨਹੀਂ। ਔਰ ਕੱਲ੍ਹ ਜਿੱਥੇ ਮੱਖਣ ਸ਼ਾਹ ਲਵਾਣਾ ਜੀ ਦਾ ਪ੍ਰੋਗਰਾਮ ਸੀਗਾ, ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ, ਸੰਗਤ ਨੇ ਭਜਾਇਆ ਇਹਨਾਂ ਨੂੰ। ਮੈਂ ਸਮਝਦਾ ਵਾਂ ਕਿ ਅਗਰ ਤੁਸੀਂ ਕੋਈ ਡਿਬੇਟ ਕਰਨਾ ਚਾਹੁੰਦੇ ਹੋ, ਜਿੱਥੇ ਮੇਰੇ 'ਤੇ ਨਾਲ ਮਰਜ਼ੀ ਆ ਜਾਓ। ਮੇਰੇ 'ਤੇ ਇਸ ਤੋਂ ਪਹਿਲੇ ਕਈ ਵਾਰੀ ਹਮਲੇ ਹੋ ਚੁੱਕੇ ਨੇ, 90-90 ਬੰਦੇ ਕਿਰਪਾਨਾਂ ਮਾਰਦੇ ਰਹੇ, ਮੇਰੇ ਪਿਤਾ ਨੂੰ ਗੋਲੀ ਨਾਲ ਮਾਰ ਦਿੱਤਾ ਗਿਆ, ਮੈਂ ਛਾਤੀ ਚੌੜੀ ਕਰਕੇ ਖੜ੍ਹਾ ਵਾਂ ਨਿਊਯਾਰਕ ਦੇ ਵਿੱਚ। ਇਸ ਵੇਲੇ ਵੀ ਅੱਧੀ ਰਾਤ ਵੇਲੇ ਆਓ, ਤੁਸੀਂ ਦੱਸੋ ਕਿੱਥੇ ਆਉਂਦੇ ਹੋ, ਗੋਲੀ ਜਿਹੜੀ ਮਾਰਨੀ ਹੈ ਮੈਨੂੰ ਮਾਰੋ, ਆਵਾਜ਼ ਨਹੀਂ ਬੰਦ ਕਰ ਸਕੋਗੇ। ਕੌਮ ਵਾਸਤੇ ਲੜਦਾ ਵਾਂ, ਕੌਮ ਵਾਸਤੇ ਲੜਾਂਗਾ, ਔਰ ਤੁਹਾਡੇ ਵਰਗੇ ਗਿੱਦੜਾਂ ਨੂੰ ਮੈਂ ਸਮਝਦਾ ਵਾਂ ਇਹਨਾਂ ਦੀ ਜਗ੍ਹਾ ਦਿਖਾਉਣੀ ਜ਼ਰੂਰੀ ਹੈ। ਤੁਸੀਂ ਉਹ ਖਾਲਿਸਤਾਨੀ ਹੋ ਜਿਹੜੇ ਬਾਹਰਲੇ ਦੇਸ਼ਾਂ ਤੋਂ ਪੈਸੇ ਲੈਂਦੇ ਹੋ, ਤੁਸੀਂ ਮੇਰੇ 'ਤੇ ਕੇਸ ਨਿਊਯਾਰਕ ਦੀ ਕੋਰਟ ਦੇ ਵਿੱਚ ਪਾਇਆ ਸੀਗਾ, ਉਸ 'ਤੇ ਵੀ ਮੂੰਹ ਭਾਲੇ ਤੁਸੀਂ ਡਿੱਗੇ ਸੀਗੇ। ਮੈਂ ਇਹ ਤੁਹਾਨੂੰ ਦੱਸ ਦਵਾਂ ਕਿ ਤੁਸੀਂ ਮੈਨੂੰ ਕਿਸੇ ਤਰੀਕੇ ਨਾਲ ਮੇਰੀ ਆਵਾਜ਼ ਨਹੀਂ ਬੰਦ ਕਰ ਸਕੋਗੇ। ਹਾਂ, ਮੇਰੀ ਜਾਨ ਜਦੋਂ ਜਾਣੀ ਹੈ, ਰੱਬ ਨੂੰ ਪਤਾ, ਤੁਹਾਡੇ ਹੱਥੋਂ ਜਾਣੀ, ਕਿਸੇ ਹੋਰ ਦੇ ਹੱਥੋਂ ਜਾਣੀ, ਲੇਕਿਨ ਆਵਾਜ਼ ਮੇਰੀ ਕੌਮ ਵਾਸਤੇ, ਪੰਥ ਵਾਸਤੇ ਹਮੇਸ਼ਾ ਬੁਲੰਦ ਰਹੇ। A South Asian Canadian channel.